ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਰਾਹੁਲ ਕਾਲਾ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਭਗਵੰਤ ਮਾਨ ਦੀ ਸਰਕਾਰ ਦੇ ਹੁਕਮਾਂ ਦੇ ਉੱਪਰ ਰੋਕ ਲਗਾ ਦਿੱਤੀ ਹੈ ਦਰਅਸਲ ਕੀ ਹੈ ਕਿ ਪੰਜਾਬ ਸਰਕਾਰ ਵੱਲੋਂ ਜਦੋਂ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਸ ਤੋਂ ਬਾਅਦ ਪੰਚਾਇਤ ਵਿਭਾਗ ਵੱਲੋਂ ਇੱਕ ਹੁਕਮ ਜਾਰੀ ਕੀਤੇ ਜਾਂਦੇ ਕਿ ਪਿੰਡਾਂ ਦੀ ਜਿਹੜੀ ਸ਼ਾਮਲਾਟ ਜ਼ਮੀਨ ਹੈ ਜਾਂ ਜੁਮਲਾ ਜ਼ਮੀਨ ਹੈ ਉਹਨਾਂ ਦੇ ਉੱਪਰ ਹੁਣ ਮਾਲਕੀ ਜਿਹੜੀ ਹੈ ਉਹ ਪੰਚਾਇਤਾਂ ਦੀ ਹੋਵੇਗੀ ਤਾਂ ਇਹ ਹੁਕਮ ਜਿਹੜੇ ਆ ਜਾਰੀ ਕਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਇਹਨਾਂ ਹਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਾਈਆਂ ਗਈਆਂ ਸੀ ਤਕਰੀਬਨ 76 ਦੇ ਕਰੀਬ ਪਟੀਸ਼ਨਾਂ ਪਾਈਆਂ ਗਈਆਂ ਸੀ ਜਿਸ ਦੇ ਉੱਪਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਕੀਤੀ ਹੈ ਤੇ ਸੁਣਵਾਈ ਦੇ ਦੌਰਾਨ ਫੈਸਲਾ ਜਾਰੀ ਕੀਤਾ ਹੈ ਕਿ ਜੋ ਭਗਵੰਤ ਮਾਨ ਦੀ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਪੰਚਾਇਤਾਂ ਹੁਣ ਸ਼ਾਮਲੜ ਤੇ ਜੁਮਲਾ ਜ਼ਮੀਨਾਂ ਦੀ ਕਬਜ਼ਾਦਾਰੀ ਹੋਵੇਗੀ ਤਾਂ ਉਸ ਦੇ ਉੱਪਰ ਅਸੀਂ ਰੋਕ ਲਗਾ ਦਿੰਨੇ ਆ ਤਾਂ ਹਾਈ ਕੋਰਟ ਨੇ ਦਾਅਵਾ ਕੀਤਾ ਕਿ ਸੰਵਿਧਾਨ ਦੀ ਧਾਰਾ 31ਏ ਅਤੇ ਤਿੰਨ ਸੋ ਇਹਦੇ ਤਹਿਤ ਜੋ ਧਾਰਾ ਹੈਗੀਆਂ ਉਹਨਾਂ ਦੀ ਉਲੰਘਣਾ ਹੋਈ ਹੈ ਇਸ ਹੁਕਮਾ ਦੇ ਨਾਲ ਤੇ ਇਸ ਕਰਕੇ ਇਹ ਹੁਕਮ ਜਿਹੜੇ ਆ ਲਾਗੂ ਨਹੀਂ ਹੋ ਸਕਦੇ ਇਹਨਾਂ ਨੂੰ ਰੋਕ ਲਗਾ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤਕਰੀਬਨ 11 ਅਕਤੂਬਰ 2022 ਨੂੰ ਇਹ ਹੁਕਮ ਜਾਰੀ ਹੁੰਦੇ ਸੀ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਪੰਚਾਇਤੀ ਜ਼ਮੀਨਾਂ ਹੈਗੀਆਂ ਸ਼ਾਮਲਾਟ ਜ਼ਮੀਨਾਂ ਜਾਂ ਜੁਮਲਾ ਜ਼ਮੀਨਾਂ ਉਹਨਾਂ ਦਾ ਕਬਜ਼ਾ ਜਿਹੜਾ ਹੈ ਪੰਚਾਇਤਾਂ ਨੂੰ ਜਾਵੇਗਾ ਤੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਇਹ ਜ਼ਮੀਨਾਂ ਹੋਣਗੀਆਂ ਇਹਨਾਂ ਦਾ ਕਬਜ਼ਾ ਨਗਰਪਾਲਿਕਾ ਨੂੰ ਜਾਵੇਗਾ ਨਗਰ ਨਿਗਮ ਨੂੰ ਜਾਵੇਗਾ ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਪੰਜਾਬ ਰੈਨ ਹਾਈ ਕੋਰਟ ਦੇ ਵਿੱਚ ਪੰਚਾਇਤਾਂ ਵੱਲੋਂ ਪਟੀਸ਼ਨ ਪਾਈ ਜਾਂਦੀ ਹੈ ਫਿਰ ਉਸ ਤੋਂ ਇਲਾਵਾ ਇਸ ਦੇ ਨਾਲ ਹੀ ਜੁੜਾ ਹੋਇਆ ਇੱਕ ਹੋਰ ਮਾਮਲਾ ਹਰਿਆਣਾ ਸਰਕਾਰ ਨੇ ਵੀ ਅਜੇ ਹੁਕਮ ਜਾਰੀ ਕੀਤੇ ਸੀ 21 ਜੂਨ 2022 ਨੂੰ ਤਾਂ 21 ਜੂਨ 2022 ਨੂੰ ਹਰਿਆਣਾ ਦੀ ਸਰਕਾਰ ਨੇ ਵੀ ਅਜਿਹਾ ਹੁਕਮ ਜਾਰੀ ਕੀਤਾ ਸੀ ਕਿ ਸ਼ਾਮਲਾੜ ਦੀ ਜ਼ਮੀਨਾਂ ਦੀ ਕਬਜ਼ ਪੰਚਾਇਤਾਂ ਹੋਣਗੀਆਂ ਤਾਂ ਇਸ ਸਾਰਿਆਂ ਜਿੰਨੀਆਂ ਵੀ ਪਟੀਸ਼ਨਰਾਂ ਕੁੱਲ ਮਿਲਾ ਕੇ 76 ਹੋਈਆਂ ਸੀ ਇਹਨਾਂ ਦੇ ਉੱਪਰ ਹਾਈ ਕੋਰਟ ਨੇ ਇਸ ਨੂੰ ਇੱਕ ਕਰਦੇ ਹੋਏ ਫੈਸਲਾ ਸੁਣਾਇਆ ਕਿ ਹੁਣ ਇਹਨਾਂ ਦੇ ਉੱਪਰ ਪੰਚਾਇਤਾਂ ਦਾ ਕੋਈ ਵੀ ਹੱਕ ਨਹੀਂ ਹੋਵੇਗਾ ਪੰਚਾਇਤਾਂ ਦੀ ਮਾਲਕੀ ਨਹੀਂ ਹੋਵੇਗੀ ਯਾਨੀ ਕਿ ਹੁਣ ਸ਼ਾਮਲਾੜ ਤੇ ਜ਼ੁਮਲਾ ਜ਼ਮੀਨਾਂ ਜਿਵੇਂ ਸੀ ਉਵੇਂ ਹੀ ਰਹਿਣਗੀਆਂ ਪੰਚਾਇਤਾਂ ਇਸ ਦੇ ਵਿੱਚ ਆਪਣਾ ਇਨਵੈਸਟ ਨਹੀਂ ਕਰ ਸਕਦੀਆਂ ਪੰਚਾਇਤਾਂ ਇਸ ਦੇ ਵਿੱਚ ਕੋਈ ਉਸਾਰੀ ਨਹੀਂ ਕਰ ਸਕਦੀਆਂ ਅਜਿਹਾ ਜਿਹੜਾ ਹੈ ਦਾਬਾ ਕੀਤਾ ਗਿਆ ਇਸ ਹੁਕਮਾਂ ਦੇ ਤਹਿਤ ਤਾਂ ਹੁਣ ਸਿੱਧਾ-ਸਿੱਧਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਚਾਇਤੀ ਰਕਬਾ ਖਾਲੀ ਕਰਵਾਉਣ ਦਾ ਟਾਰਗੇਟ ਮਿੱਥਿਆ ਜਾਂਦਾ ਹੈ ਪੰਚਾਇਤ ਵਿਭਾਗ ਵੱਲੋਂ ਕੁਲਦੀਪ ਸਿੰਘ ਢਾਲੀਵਾਲ ਦਾਅਵਾ ਕਰਦੇ ਆ ਕਿ ਅਸੀਂ 5000 ਏਕੜ ਦੇ ਕਰੀਬ ਪੰਚਾਇਤੀ ਜ਼ਮੀਨਾਂ ਛੜਵਾ ਚੁੱਕੇ ਹਾਂ ਤਾਂ ਫਿਰ ਉਸ ਤੋਂ ਬਾਅਦ ਇੱਕ ਹੋਰ ਫੈਸਲਾ ਲਿਆ ਜਾਂਦਾ ਇੱਕ ਹੋਰ ਹੁਕਮ ਕੀਤਾ ਜਾਂਦਾ ਕਿ ਜ਼ੁਮਲਾਤੇ ਸ਼ਾਮਲਟ ਜ਼ਮੀਨਾਂ ਦੀ ਮਾਲਕੀ ਉਹ ਪੰਚਾਇਤ ਨੂੰ ਜਾਵੇਗੀ ਜਿਸ ਦੇ ਨਾਲ ਪੰਚਾਇਤ ਦੀ ਸੂਬੇ ਦੇ ਵਿੱਚ ਆਮਦਨ ਵਧੇਗੀ ਆਮਦਨ ਵਧੇਗੀ ਤਾਂ ਪੰਜਾਬ ਦੀ ਆਰਥਿਕ ਸਥਿਤੀ ਥੋੜੀ ਜੀ ਪਿੰਡਾਂ ਦੇ ਵਿੱਚ ਸੁਧਾਰ ਮਿਲੇਗਾ ਦਾ ਇਸ ਦੇ ਧਿਆਨ ਨੂੰ ਇਸ ਤੇ ਉੱਪਰ ਧਿਆਨ ਕੇਂਦ੍ਰਿਤ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਸੀ ਹਾਈ ਕੋਰਟ ਨੇ ਉਹਨਾਂ ਹੁਕਮਾਂ ਦੇ ਉੱਪਰ ਰੋਕ ਲਗਾ ਦਿੱਤੀ ਹੈ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ